ਮੰਗ ਪੱਤਰ ਤੁਹਾਡੇ ਕੋਲ ਆ, ਤੁਸੀਂ ਕਿਉਂ ਟਾਲ ਮਟੋਲ ਕਰਦੇ ਜੇ ਕਹਿੰਦੇ ਅਸੀਂ ਧਰਨਾ ਲਾਉਣ ਲਈ ਜਾਣਾ ਪਰ ਜਿਹੜੀਆਂ ਤੁਹਾਡਾ ਪੰਜਾਂ ਲੱਖ ਦਾ ਪਿਛਲੇ ਦਿਨੀ ਇਲੈਕਸ਼ਨਾਂ ਦੇ ਨਾਂ ਤੇ ਹਜ਼ਾਰਾਂ ਰੁਪਈਆ ਦੀ ਤੁਹਾਨੂੰ ਦੀ ਇੱਜ਼ਤ ਕਰਨ ਵਾਲਿਆਂ ਦਾ ਇਹਦਾ ਜਿੰਦਾਬਾਦ ਸਾਨੂੰ ਮੁਰਦਾਬਾਦ ਐਨੂੰ ਮੂੰਹ ਕਰੋ, ਐਨੂੰ ਪ੍ਰੈਸਾਂ ਆਏ ਮੇਰੇ ਵੀਰ, ਐਨੂੰ ਕਰੋ ਲੋਕ ਐਨੂੰ ਕਰੋ ਵਿਰੋਧੀ ਧਿਰ ਵੀ ਗੋਮਿਆ। ਕੈਪਟਨ ਇੱਥੋਂ ਅੰਮ੍ਰਿਤਸਰ ਤੋਂ MP ਆ, ਉਹਨੂੰ ਖਿਆਲ ਨੀਗਾ ਵੀ ਕਿਸਾਨਾਂ ਨਾਲ ਕੀ ਹੋ ਰਿਹਾ, ਆਪ ਵਾਲਿਆਂ ਨੂੰ ਕੋਈ ਕਿਸਾਨ ਫਰਕ ਨੀਗਾ ਵੀ ਉਹਨਾਂ ਨਾਲ ਕੀ ਹੋ ਰਿਹਾ। ਤੁਹਾਡੇ ਮਾਧਿਅਮ ਨਾਲ ਹੀ ਪੁੱਛਣਾ ਚਾਹੁੰਦੇ ਵੀ ਉਹਨਾਂ ਦੀ ਕਿਸਾਨਾਂ ਤੇ ਕੀ ਨੀਤੀ ਆ। ਇਸੇ ਨਾਲ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਰੇਲ ਟਰੈਕ ਹੋਇਆ, ਆਮ ਯਾਤਰੀਆਂ ਨੂੰ ਜਿਹੜੀ ਪਰੇਸ਼ਾਨੀ ਹੋ ਰਹੀ ਉਹਦੀ ਮਾਫ਼ੀ ਮੰਗ ਲਏ। ਇਹਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਆ, ਜਿਹਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ, ਮਜਬੂਰੀ ਵਸ ਰੇਲ ਤੇ ਆਉਣਾ ਪਿਆ। ਇਸ ਕਰਕੇ ਮੀਡੀਆ ਕੋ ਵੀ ਆਸ ਰੱਖਦੇ ਹਾਂ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਯੋਗ ਸਥਾਨ ਦੇਵੇ ਮੀਡੀਆ, ਤਾਂ ਜੋ ਹਾਈ ਕਮਾਂਡ ਤੱਕ ਸਾਡੀ ਗੱਲ ਜਾਵੇ ਤੇ ਸਾਡੇ ਮਸਲੇ ਹੱਲ ਹੋਣ। ਧੰਨਵਾਦ।